ਮੁਸ਼ਕਿਲ ਪਈ ਯਾਰ ਆ ਕੀ ਗੱਲ ਆ ਯਾਰ ਆ ਵੇਲਾ ਯਾਰ ਭਾਈ ਪੈਸੇ ਦੇ ਮੇਰੇ ਫੇਰ ਕਰ ਲਈ ਮਿੰਤਾ 90 ਹੋ ਗਏ ਅੱਲਾ ਫੜ ਯਾਰ ਉਹ ਹਵੀ ਕਿਉਂ ਦਿੱਤੇ ਸਾਡੇ ਪਾਕਿਸਤਾਨ ਵਾਲੀ ਦੇ ਦੇਣੇ ਸੀ 90 ਪੌਂਡ ਨਾ ਯਾਰ ਮਹਿੰਗੀ ਟੈਕਸੀ ਯਾਰ ਕੌਣ ਹੈ ਤੇਰੇ ਲਈ ਆ ਤੂੰ ਮਸਾਜ ਕਰਾ ਲਾ ਆਲ ਪੇ ਮੈਂ ਨਹੀਂ ਕਰਨੇ ਹੈ ਚਾ ਕੁਛ ਮੈਂ ਬਾਹਰ ਚੱਲ ਲਈ ਆਂ ਯੂ ਗਾਈਜ਼ ਇੰਜੋਏ ਹੈਵ ਫਨ ਇੱਥੇ ਮਸਾਜ ਵਾਲੇ ਨੂੰ ਪੁੱਛ ਤਾਂ ਨਹੀਂ ਫੜਦੀ ਅਰੇ ਨਹੀਂ ਫੜਦੀ ਮਸਾਜ ਦੀ ਵਾਟ ਤੂੰ ਤਾਂ ਉਹ ਥੋਟੀ ਉਹ ਭੈਣ ਨੂੰ ਆ ਦੇਖੀ ਦੇਖੀ ਬਾਬਾ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਤਾਇਆ ਲੈ ਤੂੰ ਵੀ ਦੇਖ ਪੱਕਾ ਮੁਜਰਾ ਕਰਾਉਂਦਾ ਹੁਣ ਇਹਨਾਂ ਤੋਂ ਕੰਮ ਪੈ ਗਿਆ ਏ ਮੇਰੇ ਨਾਲ ਥੋੜੀ ਦੇਰ ਦਾ ਵੇ ਮੈਂ ਜਿੱਥੋਂ ਜਿੱਥੋਂ ਕਹਿਨੀ ਐ ਕਿਉਂ ਨਹੀਂ ਛੇੜਦਾ ਮਨ ਨੂੰ ਆ ਪਿਆ ਪਲੀਜ਼ ਆਪਣੇ ਸਿੱਕੇ ਨੂੰ ਵਾਪਸ ਆ ਦੇ ਮਨੋਰੰਜਨ ਕਰੋ ਕੀ ਲਵਾਓ ਮੇਰਾ ਮਨੋਰੰਜਨ ਨੂੰ ਸੀ ਆਰਕੈਸਟਰਾ ਮੈਂ ਜਸਵਿੰਦਰ ਭੱਲਾ ਜਿਹੜਾ ਤਿੰਨ ਦਿਨ ਸੁਣਦਾ ਰਿਹਾ ਤੁਹਾਨੂੰ ਕੀ ਕਰੂੰਗੀ ਮੈਂ ਇਸ ਬੱਚੇ ਦਾ ਲੋਕਾਂ ਨੂੰ ਕੀ ਦੱਸੂਗੀ ਮੈਨੂੰ ਨਿਆਣਾ ਜੰਮਦੇ ਮੈਂ ਪਾਲ ਲੂੰਗਾ ਤੂੰ ਪੱਕਾ ਰੱਖ ਲੈਣਾ ਜਵਾਕ ਚੇਪ ਨਹੀਂ ਹੋਣਾ ਜਵਾਕ ਲੈ ਕੇ ਤੂੰ ਆਪਦੇ ਘਰ ਤੇ ਮੈਂ ਆਪਦੇ ਘਰ ਮੇਰਾ ਬੱਚਾ ਨਾ 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 ਤੇਰਾ ਬੱਚਾ ਨਹੀਂ ਬੱਚਾ ਮੇਰਾ ਤੇਰੀ ਕੱਲੀ ਪੀੜ ਓ ਮੇਰਾ ਬੱਚਾ ਕਿੱਦਾਂ ਮੇਰਾ ਬੱਚਾ ਠੀਕ ਸੀ ਬੇਬੇ ਹੱਕ ਕਿਹਦਾ ਹੁੰਦਾ ਅੰਡੇ ਤੇ ਹੱਕ ਤਾਂ ਪੁੱਤ ਕੁੱਕੜੀ ਦਾ ਹੁੰਦਾ ਕੁੱਕੜ ਦਾ ਕੁਝ ਨਹੀਂ ਹੁੰਦਾ ਕੁੱਕੜ ਛਾਲਾ ਲੱਗਦਾ ਹੱਕ ਤਾਂ ਮਾਂ ਦਾ ਹੁੰਦਾ ਜੋ ਢਿੱਡ ਚ ਰੱਖ ਕੇ ਪਾਲਦੀ ਆ ਪੁੱਤ ਅੱਖਾਂ ਬੰਦ ਕਰਦਾ ਚਾਹੇ ਮੇਰੀ ਬੱਚੀ ਕਿਉਂ ਨਹੀਂ ਸੌਂਦਾ ਹੈ ਕੀ ਹੈ ਇਹ ਮੇਰਾ ਸ਼ੇਰ ਬਗਾ ਸੌ ਜੋ ਨਹੀਂ ਤਾਂ ਦੋਨੇ ਪਿਓ ਪੁੱਤ ਨੂੰ ਨਾ ਨਹਿਰ ਚ ਸੁੱਟ ਦੂੰ ਹਾਂ ਉਹ ਤੇਰੇ ਬੱਚੇ ਕਾਣੇ ਨੂੰ ਡੋਬ ਕੇ ਤੇ ਨਹੀਂ ਮਾਰਦਾ ਡੈਨਾਸੋਰ ਵਾਖਰੂ ਵਾਖਰੂ ਇਹਦਾ ਅੰਡਾ ਚੱਕੀ ਫਿਰਦਾ ਇਹੋ ਜਿਹਾ ਸੋਨਾ ਚਾਹੀਦਾ ਓ ਮੇਰੇ ਕਾਕੇ ਓ ਮੇਰੇ ਗੁਲਗੁਲੇ ਓ ਮੇਰੇ ਸ਼ੇਰ ਬਗਾ ਓ ਕਿੱਥੇ ਫੋਰ ਕੋਈ ਮੈਂ ਵੋ